ਕਿਸਾਨ ਵੀਰੋ, ਅੱਜ ਅਸੀਂ ਜੋਧਪੁਰ ਪਹੁੰਚੇ ਹਾਂ ਬਾਈ ਅਵਤਾਰ ਜੀ ਦੇ ਖੇਤ, ਅਤੇ ਇੱਥੇ ਅਸੀਂ ਪਹਿਲਾਂ ਸਰੋਂ ਬੀਜੀ ਹੈ ਹਲਕਾ ਅਤੇ ਰੇਤਲਾ ਵਾਹਣਾ ਟਿੱਬਾ ਹੈ ਸਾਰੇ ਪਿੰਡ ਦਾ। ਇਹੋ ਜਿਹੇ ਵਾਹਣਾਂ 'ਚ ਬਹੁਤੀਆਂ ਕਣਕਾਂ ਹੁੰਦੀਆਂ ਨੇ, ਆਂਢ ਗੁਆਂਢ ਵੇਹਦੇ ਹੈ, ਕਣਕਾਂ ਵੀ ਬੜੀਆਂ ਹਲਕੀਆਂ ਹੈ। ਪਰ ਅਸੀਂ ਇਹਨੂੰ ਰੱਖਿਆ ਯਾਰ 2 ਕਿੱਲੇ ਸਰੋਂ ਬੀਜ ਲਾ, ਫਸਲ ਬਦਲਵੀਂ ਚੰਗੀ ਹੁੰਦੀ ਹੈ, ਨਾਲੇ ਅਗਲੇ ਸਾਲ ਖੇਤੀ ਅਗਲੀ ਫਸਲ ਬੀਜੀ ਜਾਂਦੀ ਹੈ। ਅਤੇ ਸਰੋਂ ਦੇ ਥੱਲੇ ਇਹਨੂੰ ਅਸੀਂ ਮੈਗਨੀਸ਼ੀਅਮ, ਜਿੰਕ, ਪੋਟਾਸ ਸਾਰਾ ਕੁਝ ਪਾਇਆ ਸੀ, ਅਤੇ ਹੋਰ ਵੀ ਪਿੰਡ ਦੇ ਕਾਫੀ ਪਰਿਵਾਰ ਦੇ ਸੱਜਣ ਖੜ੍ਹੇ ਆ, ਕਿਸਾਨ ਖੜ੍ਹੇ ਆ। ਅਤੇ ਇਹਨੂੰ ਅਸੀਂ ਆਪਦੀ ਸਪਰੇਅ ਵੀ ਪਹਿਲਾਂ ਸੀਡ ਵੀ ਸੋਧਣ ਨੂੰ ਕਿਹਾ ਸੀ, ਅਤੇ ਤਕਰੀਬਨ ਸਪਰੇਅ ਵੀ ਫੰਗੀ ਸਾਈਡ ਵੀ ਇੱਕ ਦੋ ਸਪਰੇਅ ਕਰਾਈਆਂ ਹੈ। ਤਕਰੀਬਨ ਜਿਹੜਾ ਸਰੋਂ ਨੂੰ ਸਲਰਾ ਰੋਗ ਹੈ ਉਹ ਤਕਰੀਬਨ 95% ਕੰਟਰੋਲ ਹੈ। ਅਸੀਂ ਸਲਰੇ ਦਿਖਾਉਂਦੇ ਹਾਂ, ਤਕਰੀਬਨ ਸਾਰੇ ਸਲਰੇ ਹਰੇ ਖੜ੍ਹੇ ਆ, ਆਹ ਦੇਖ ਤਕਰੀਬਨ ਜਿੱਥੇ ਵੱਢਣ ਵਾਲੇ ਆ, ਨਹੀਂ ਤਾਂ ਇੰਨੇ ਇੰਨੇ ਥਾਂ 'ਚ 10-10 ਸਲਰੇ ਸੁੱਕੇ ਹੁੰਦੇ ਆ। ਆਹ ਵੀ ਸਰੋਂ ਹੈ, ਤਕਰੀਬਨ ਸਾਰੀ ਇਹ ਸਾਰੀ ਹਰੀ ਹੈ, ਕੋਈ ਵਰਲਾ ਸਲਰਾ ਰੋਗ ਹੋਣਾ ਹੈ। ਅਤੇ ਪਕਾ ਵੀ ਸਰੋਂ ਦਾ ਬਹੁਤ ਵਧੀਆ। ਬਾਕੀ ਅਸੀਂ ਅਵਤਾਰ ਜੀ ਨਾਲ ਗੱਲ ਕਰਦੇ ਹਾਂ ਵੀ ਤੁਸੀਂ ਬਾਈ ਜੀ ਕਿੰਨੇ ਕੁ ਸੈਟਿਸਫਾਈ ਹੋ, ਦੱਸਿਓ ਸਾਨੂੰ। ਬਹੁਤ ਬਹੁਤ ਸੈਟਿਸਫਾਈ ਹੈ ਜੀ ਸਾਡੀ, ਜਿਵੇਂ ਤੁਸੀਂ ਕਿਹਾ ਸੀ ਓਨਾ ਮਟੀਰੀਅਲ ਪਾਇਆ ਜੀ ਇਹਦੇ ਵਿੱਚ, ਫਿਰ ਵੀ ਜਮ੍ਹਾਂ ਇੱਥੇ ਤਾਂ 5-4 ਮਣ ਹੁੰਦੀ ਸੀ ਜੀ ਸਰੋਂ। 2 ਕਿੱਲੇ ਮਤਲਬ 20 ਮਣ ਕਿੱਲੇ ਵਾਲੀ ਸਰੋਂ ਹੈਗੀ ਹੈ ਜੇ, ਕਿਉਂ ਵਾਹਣ ਹਲਕਾ ਰੇਤਲਾ, ਇੱਕ ਤਾਂ ਸਰੋਂ ਦੀ ਛੰਟਾਈ ਨਹੀਂ ਹੋਈ, ਸਰੋਂ ਸੰਘਣੀ ਰਹਿ ਗਈ। ਮੈਂ ਉਦੋਂ ਵੀ ਆਖਿਆ ਵੀ ਇਹਨੂੰ ਕਮ ਸੇ ਕਮ ਭਾਈ ਬੂਟੇ ਨੂੰ ਵੀ ਤੂੰ ਗੇਟ ਗੇਟ ਦੋ ਗਿੱਠਾਂ 'ਤੇ ਕਰਦੇ, ਜਦੋਂ ਸੰਘਣੀ ਰਹਿ ਜਾਂਦੀ ਹੈ ਸਰੋਂ ਪਤਲੀ ਰਹਿ ਜਾਂਦੀ ਹੈ। ਅਤੇ ਗਮਾਂਡ ਆਪਾਂ ਬਾਕੀ ਕਿਸਾਨ ਵੀਰਾਂ ਨੇ ਵੀ ਕਰਦੇ ਹਾਂ, ਬਾਈ ਜੀ ਖਾਲਾ ਸਨ ਹੈ, ਇੱਕੋ ਘਰ ਦੀ ਜ਼ਮੀਨ ਹੈ, ਮਾੜਾ ਮੋਟਾ ਆਂਢ ਗੁਆਂਢ ਨੂੰ ਫਰਕ ਹੈਗਾ? ਨਹੀਂ ਫਰਕ ਬਹੁਤ ਹੀ ਹੈ ਜੀ, ਪੂਰਾ ਹੀ ਫਰਕ ਹੈ ਜੀ। ਹਾਂ ਪੂਰਾ ਹੀ ਫਰਕ ਹੈ। ਕਿਉਂ ਜੀ ਲੱਗਦਾ ਤੁਹਾਨੂੰ ਫਰਕ? ਹਾਂਜੀ ਹਾਂਜੀ ਹਾਂਜੀ। ਓਕੇ, ਉਹਨਾਂ ਦੁੱਗਣੀ ਦਾ ਫਰਕ ਹੈ ਜੀ। ਕਿੰਨਾ ਫਰਕ ਲੱਗਦਾ ਹੈ ਜੀ? ਇਹ 'ਚ ਮੰਨ ਕੇ ਸਰੋਂ ਦਾ ਤਿਆਰ ਦਾ 50% ਫਰਕ ਹੈ। ਨਹੀਂ ਜੰਮ ਦਾ ਪਤਾ ਕੀ ਹੈ, ਗਰੋਥ ਵੀ ਕਰਨੀ ਤੇ ਸੰਘਣੀ ਕਰਕੇ ਨਹੀਂ ਹੋਇਆ, ਉਹਨੇ ਉਹਨਾਂ ਮਟੀਰੀਅਲ ਨਹੀਂ ਪਾਇਆ ਵਿੱਚ, ਇਹਨੇ ਮੈਗਨੀਸ਼ੀਅਮ ਜਿੰਕ ਖਾਦਾਂ ਪਾਈਆਂ। ਜੇ ਸੰਘਣੀ ਨਾ, ਜੇ ਬਿਰਲੀ ਹੁੰਦੀ ਨਾ, ਇਹਦਾ ਜੰਮ ਜ਼ਿਆਦਾ ਹੋਣਾ ਸੀ, ਬੂਟਾ ਜ਼ਿਆਦਾ ਮਾਰਨਾ ਸੀ, ਮੇਨ ਇਹ ਕਾਰਨ ਹੈ। ਕਿਉਂ ਵੀ ਪਤਾ ਕੀ ਹੈ, ਤੁਹਾਡੇ ਵਾਹਣ ਹਲਕੇ ਰੇਤਲੇ ਆ, ਯੂਨੀਵਰਸਿਟੀ ਦੇ ਰਿਕਮੈਂਡੇਸ਼ਨ ਮੁਤਾਬਕ ਜਿਵੇਂ ਨਰਮਾ ਹੈ, ਤੁਹਾਡੇ ਏਰੀਆ 'ਚ ਲਾਟ ਮਾਰ ਜਾਂਦਾ ਨਾ ਟਿੱਬਿਆਂ 'ਤੇ, ਉਹ ਤਾਂ ਯੂਨੀਵਰਸਿਟੀ ਨੇ ਕਿਹਾ ਜੇ ਬਿਜਾਈ ਵੇਲੇ 25 ਕਿਲੋ ਮੈਗਨੀਸ਼ੀਅਮ ਪਾਓ। ਜਿਹੜੇ ਬੰਦਾ 25 ਕਿਲੋ ਮੈਗਨੀਸ਼ੀਅਮ ਨਰਮੇ ਨੂੰ ਪਾ ਦੂਗਾ, ਉਹਦੇ ਖੇਤ 'ਚ ਲਾਟ ਨਹੀਂ ਮਾਰਦੀ। ਅਤੇ ਇਹਨੇ 9ਵੇਂ ਮਹੀਨੇ ਆ ਕੇ ਉਦੋਂ ਪਤਾ ਲੱਗ ਜਾਂਦਾ ਵੀ ਯਾਰ ਇੰਨੇ ਨੂੰ ਉੱਤੋਂ ਟਿੰਡੇ ਗਏ, ਲਾਲ ਹੋ ਗਿਆ ਅਤੇ ਗੱਲ ਖਤਮ ਹੈ ਭਾਈ। ਜਿਹੜੇ ਮਾਰ ਹੈ, ਜਿਹੜੀਆਂ ਦਵਾਈਆਂ ਜਾਂ ਖਾਦਾਂ ਜਿੰਨੀਆਂ ਲਿਖਦੀਆਂ, ਜਿਵੇਂ ਫਾਸਫੋਰਸ ਹੈ, DAP ਲੋਕ ਉੱਤੇ ਪਾਉਂਦੇ ਆ, ਉੱਤੇ ਪਾਉਣ ਦਾ ਕੋਈ ਫਾਇਦਾ ਨਹੀਂ। ਜਿੰਨੀ ਫਾਸਫੋਰਸ DAP ਸੁਪਰ ਪਾਉਣੀ ਹੈ, ਵਾਉਣੀ ਰਾਉਣੀ ਵਾਹੁਣ ਵਾਲੀ ਪਾ ਦਿਓ, ਉਹਦਾ ਕੰਮ ਹੈ। ਜੇ ਉੱਤੇ ਪਾਈ ਤਾਂ ਪੈਸੇ ਵੀ ਲਾ ਲਏ ਅਤੇ ਫਾਇਦਾ ਵੀ ਕੋਈ ਨਹੀਂ ਹੋਇਆ। ਅਸੀਂ ਪਹਿਲੇ ਕੋਲੇ ਕੋਲੇ ਨਿਕਾਲ 'ਚ ਵੀ ਮੇਰਾ ਖਿਆਲ ਡਬਲੀ ਫਰਕ ਰਹੂਗਾ, ਕਿਉਂ ਉਹ ਕੁਦਰਤੀ ਉਹਨਾਂ ਨੇ ਥੱਲੇ ਮਟੀਰੀਅਲ ਪਾਇਆ ਨਹੀਂ। ਇਹ ਨਹੀਂ ਵੀ ਗਾਈਡਲਾਈਨ ਨਹੀਂ ਮਿਲੀ ਪਾਉਣ ਦੇ, ਪਿਛਲੇ ਵੀ ਅਸੀਂ ਕਿਸਾਨ ਨਾਲ ਗੱਲ ਕੀਤੀ, ਬਾਈ ਨੇ ਕਰਾਹ ਕਰੂਹਾ ਲਾਇਆ ਸੀ ਖੇਤ 'ਚ, ਮੇਰਾ ਖਿਆਲ ਕਣਕ ਦਾ ਡਬਲ ਡਬਲ ਫਰਕ ਹੈ। ਉਹ ਇਸੇ ਕਰਕੇ ਡਬਲ ਫਰਕ ਹੈ ਵੀ ਕਿਸਾਨ ਨੂੰ ਜਾਣਕਾਰੀ ਨਹੀਂ ਸੀ, ਉਹ ਇਹਨੇ ਸੀ 1000-2000 ਰੁਪਇਆ ਲਾ ਨਹੀਂ ਸਕਦਾ। ਉਹਨੇ ਮਿੱਟੀ ਚੱਕਤੀ, ਨਾ ਉਹ 'ਚ ਜਿੰਕ ਪਾਇਆ, ਨਾ ਉਹਨੂੰ ਫਾਸਫੋਰਸ ਵੱਧ ਪਾਈ, ਨਾ ਉਹਨੂੰ ਮੈਗਨੀਸ਼ੀਅਮ ਪਾਇਆ। ਅੱਜ ਕਣਕ ਪਤਲੀ ਰਹਿ ਗਈ ਅਤੇ ਅਗਲੀ ਵਾਰ ਠੀਕ ਹੈ। ਅਤੇ ਕਿਸਾਨ ਵੀਰੋ, ਅਸੀਂ ਤੁਹਾਡਾ ਪਿੰਡ ਨਰਮੇ ਦਾ ਏਰੀਆ, ਨਰਮਾ ਬੀਜਣਾ, ਨਰਮੇ ਬਿਨਾਂ ਕਿਸਾਨ ਤਾਂ ਨਰਮੇ ਦਾ ਝੋਨਾ ਲਾ ਲਊ, ਕੁਛ ਹੋਰ ਲਾ ਲਊ, ਜਿਹੜੀ ਪਿੰਡ ਦੀ ਲੇਬਰ ਉਹ ਕਿੱਥੇ ਚੁਗਣ ਜਾਊ? ਕਮ ਸੇ ਕਮ ਨਰਮਾ ਰੁਜ਼ਗਾਰ ਦਾ ਸਭ ਤੋਂ ਵੱਡਾ ਸਾਧਨ ਹੈ, ਲੇਬਰ ਦਾ ਵੀ, ਇੰਡਸਟਰੀ ਦਾ ਵੀ, ਆਪਣਾ ਵੀ। ਜੇ ਨਰਮਾ ਬੀਜਣਾ ਤਾਂ ਖੇਤ ਦੇ ਵਿੱਚ ਤਾਂ ਕੋਈ ਛੱਟੀ ਨਾ ਰਹਿਣ ਦਿਓ। ਯੂਨੀਵਰਸਿਟੀ ਦਾ ਸਭ ਤੋਂ ਵੱਡਾ ਮੈਸੇਜ ਇਹੀ ਅੱਜ ਕੱਲ੍ਹ ਵੀ ਕਿਸਾਨ ਵੀਰੋ, ਖੇਤਾਂ 'ਚੋਂ ਛੱਟੀਆਂ ਚੱਕ ਲਓ, ਬਾਲ ਲਓ,
ਤੇ ਪਿੰਡ ਦੇ ਨੇੜੇ ਵੀ ਜਿੰਨੀਆਂ ਝਾੜ ਕੇ ਰੱਖ ਲਓ, ਲੱਕੜਾਂ ਰੱਖ ਲਓ ਅਤੇ ਬਾਕੀ ਨੂੰ ਅੱਗ ਲਾ ਦਿਓ। ਜੇ ਕਈ ਆਖਣਗੇ ਜੀ ਲੇਬਰ ਨਹੀਂ ਲਾਉਂਦੀ, ਲੇਬਰ ਨੂੰ ਦੱਸਿਆ ਜਾਵੇ ਲੇਬਰ ਦਾ ਤਾਂ ਇੱਕ ਕਿੱਲੇ 'ਚ ਜੇ 10 ਕੁਇੰਟਲ ਨਰਮਾ ਹੋ ਗਿਆ, 10,000 ਤਾਂ ਇਹਨਾਂ ਦਾ ਪਹਿਲਾਂ ਇੱਕ ਕਿੱਲੇ 'ਚ ਇਹ ਸੱਲ ਚੁਗਣ ਦਾ, ਅਤੇ 2,000 ਟੀਂਡੇ ਕੱਢਣ ਦਾ, 2,000 ਇਹਨਾਂ ਦਾ 15,000 ਰੁਪਇਆ ਕਿੱਲੇ 'ਚ ਆਪਣੇ ਨਾਲ ਹਿੱਸਾ ਹੈ। ਜੇ ਨਰਮਾ ਨਾ ਹੋਇਆ ਝੋਨਾ ਕੰਬਾਈਨ ਤੋਂ ਵਧਾ ਲਉਂਗੇ ਅਤੇ ਦੱਸੋ ਲੇਬਰ ਕਿੱਧਰ ਨੂੰ ਜਾਊ। ਇਹ ਲੇਬਰ ਨੂੰ ਤੁਸੀਂ ਦੱਸੋ, ਉਹ ਵੀ ਆਪਦੀਆਂ ਛੱਟੀਆਂ ਕੰਮ ਤਾਂ ਲੱਕੜਾਂ ਨੇ ਕਰਨਾ ਨਾ, ਸਿੱਕਰੀਆਂ ਨੇ ਕਰਨਾ, ਅਤੇ ਇੱਕ ਦਿਨ ਅਗਲਾ ਝਾੜ ਕੇ ਰੱਖ ਲਊਗਾ। ਜੇ ਸੁਣ ਅੱਜ ਛੱਟੀਆਂ 10-15 ਦਿਨਾਂ ਦੇ ਵਿੱਚ ਲੋਕ ਆਪਦੇ ਪਿੰਡਾਂ 'ਚੋਂ ਜਾਂ ਖੇਤਾਂ 'ਚੋਂ ਖਤਮ ਕਰ ਦੇਣ, ਜਿਹੜੀ ਇੰਨੀ ਸੁੰਡੀ ਪਈ ਹੈ, ਮੇਰੇ ਹਿਸਾਬ ਨਾਲ ਪਹਿਲੀ ਲੜਾਈ ਲਈ 40% ਸੁੰਡੀ ਘੱਟ ਪਊਗੀ। ਜੇ ਲੋਕਾਂ ਨੇ ਛੱਟੀਆਂ ਨੂੰ ਨਾ ਖੇਤਾਂ 'ਚੋਂ ਚੱਕਿਆ, ਨਾ ਝਾੜੀਆਂ, ਅਤੇ ਜਿਹੜਾ ਪਹਿਲਾਂ ਅਟੈਕ ਹੋਇਆ ਸੀ ਉਦੋਂ ਵਿੱਚ ਪਹਿਲਾਂ ਜ਼ਿਆਦਾ ਹੋ ਜਾਊਗਾ, ਗਰਮੀ ਆ ਗਈ, ਭਮੱਕੜ ਉੱਡਣ ਲੱਗ ਗਿਆ। ਨਹੀਂ ਅਗਲਾ ਕਹਿੰਦਾ ਇੱਕ ਟਰਾਲੀ ਖਿੱਚ 30 ਕਿੱਲਿਆਂ ਦਾ ਲੋਸ ਕਰ ਦਿੰਦੀ ਹੈ। ਸਾਨੂੰ ਇਹ ਮੁਹਿੰਮ ਚਲਾਉਣੀ ਚਾਹੀਦੀ ਹੈ, ਚਾਹੇ ਲੇਬਰ ਹੋਵੇ, ਚਾਹੇ ਆਪਾਂ ਹੋ ਗਏ, ਚਾਹੇ ਮਹਿਕਮਾ। ਮਹਿਕਮਾ ਬਹੁਤ ਜ਼ੋਰ ਲਾ ਰਿਹਾ, ਐਤੀ ਚੀਫ ਬਠਿੰਡੇ ਬੜਾ ਸਖਤ ਹੈ, ਕਾਫੀ ਸਖਤੀ ਕਰ ਰਿਹਾ ਵੀ ਦਵਾਈਆਂ ਵੀ ਵਧੀਆ ਮਿਲਣੀਆਂ ਅਤੇ ਫਾਰਮਰ ਨੂੰ ਗਾਈਡਲਾਈਨ ਵੀ। ਸਾਰਾ ਡਿਪਾਰਟਮੈਂਟ ADO ਸਾਡੀ ਮੀਟਿੰਗ ਸੀ, ਗਾਈਡਲਾਈਨ ਦਿੱਤੀ ਉਹਨਾਂ ਨੇ, ਪਿੰਡ ਕੈਂਪ ਲੱਗਣਗੇ। ਪਰ ਸਭ ਤੋਂ ਵੱਡਾ ਸੁਨੇਹਾ ਅੱਜ ਆ ਜਿਹੜਾ ਉਹਨਾਂ ਦਾ, ਹੋਰ ਤਾਂ ਕਿਸਾਨਾਂ ਨੂੰ ਕੰਮ ਨਹੀਂ, ਇਕੱਲੀਆਂ ਛੱਟੀਆਂ ਸਾਂਭ ਲਓ, ਝਾੜ ਕੇ ਮਲਬੇ ਨੂੰ ਅੱਗ ਲਾ ਦਿਓ ਅਤੇ ਲੱਕੜਾਂ ਰੱਖ ਲਓ। ਜੇ ਪਿੰਡ 'ਚੋਂ ਛੱਟੀਆਂ ਚੱਕੀਆਂ ਗਈਆਂ 100% ਨਰਮਾ ਹੋਊਗਾ। ਤਾਰ ਜੀ ਆਪਦਾ ਨੰਬਰ ਦੇ ਦਿਓ। 150 ਜੀ, 35952 ਜੀ। ਜੇ ਤੁਹਾਨੂੰ ਕੋਈ ਕਿਸਾਨ ਵੀਰ ਪੁੱਛਣਾ ਚਾਹੋ, ਨਰਮਾ ਪਿਛਲੇ ਸਾਲ ਜਿੰਨਾ ਲਾਉਣਾ ਜਾਂ ਵੱਧ ਗਿਆ? 20 ਕਿੱਲੇ ਵਾਹਣ ਲਾਉਣਾ ਜੀ, ਪੂਰਾ ਵੱਧ ਲਾਉਣਾ। ਜਿਵੇਂ ਲੋਕਾਂ 'ਚ ਡਰ ਪਿਆ ਵੀ ਨਰਮਾ ਹੋਇਆ ਨਹੀਂ ਹੋਇਆ ਨਹੀਂ, ਅਤੇ ਵੀ ਘੱਟ ਲਾਉਣ ਨੂੰ ਤਿਆਰ ਹੈ, ਜਦੋਂ ਤੁਸੀਂ ਬੈਠੇ ਹੋ ਜੀ, ਨਰਮਾ ਤੁਹਾਡੇ ਕਰਕੇ ਲਾ ਰਹੇ ਜੀ ਅਸੀਂ। 100% ਨਰਮਾ ਹੋਊਗਾ ਕਿਸਾਨ ਵੀਰੋ। ਜਿਹੜਾ ਰੇਟ ਰੂਟ ਦੀ ਸਮੱਸਿਆ ਸੀ, ਇਹ ਸਮੱਸਿਆ ਸੀ, ਕਰੋਨਾ ਕਰਕੇ ਇੰਡਸਟਰੀ ਬੰਦ ਰਹੀ, ਨਰਮਾ ਵਧਣ ਲੱਗ ਗਿਆ, ਅਤੇ ਹੋ ਸਕਦਾ ਅਗਲੇ ਸੀਜ਼ਨ ਵੇਲੇ ਨੂੰ ਇਹ ਨਹੀਂ ਪਤਾ ਪਰਮਾਤਮਾ ਕਰੇ 10,000 ਹੋ ਗਏ। ਪਹਿਲਾਂ ਵੀ ਕਿਹੜਾ ਹੋਇਆ ਨਹੀਂ, 12-12,000 ਵੇਖ ਕੇ ਆਇਆ ਯਾਰ। ਜੇ ਜਿਵੇਂ ਤਾਂ ਧੁੱਪ ਨਹੀਂ ਤਾਂ ਛਾਂ ਨਹੀਂ, ਛਾਂ ਤਾਂ ਜੇ ਕਿਤੇ ਤੇਜ਼ੀ ਵੀ ਅਤੇ ਮੰਦਾ ਵੀ, ਜੇ ਮੰਦਾ ਆ ਗਿਆ ਤਾਂ ਤੇਜ਼ੀ ਵੀ ਆਉਣ ਵਾਲੀ ਹੈ। ਹਾਂ, ਅਤੇ ਅਸੀਂ ਜਿਹੜੀ ਸਾਰੀ ਪਹਿਲਾਂ ਭੇਜ ਦਿਓ ਵੀ ਆਹ ਮਟੀਰੀਅਲ ਜਿਹੜਾ ਪਾਉਣਾ, ਅਸੀਂ A to Z ਲੈ ਕੇ ਤੁਹਾਨੂੰ ਭੇਜ ਦਿਆਂਗੇ, ਜਾ ਕੇ ਲਿਓ। ਇੱਕ ਯਾਰ ਤੁਸੀਂ ਵੀ ਹਿੰਮਤ ਕਰੋ, ਜੇ ਕਿਵੇਂ ਨਾ ਕਿਵੇਂ ਕਿਸੇ ਦੇ ਘਰ ਹੈ ਤਾਂ ਛੱਟੀਆਂ ਜੇ ਝਾੜ ਲਓ ਤਾਂ ਸਮਝ ਲਓ 10-10,000 ਰੁਪਇਆ ਕਿੱਲੇ ਤੁਹਾਡਾ ਵੀ ਹੈ। ਨਹੀਂ ਛੱਟੀਆਂ ਝਾੜ ਲਓ, ਲੱਕੜਾਂ ਰੱਖ ਲਓ, ਜਿਹੜਾ ਉਹਦਾ ਮਟੀਰੀਅਲ ਹੈ, ਇੱਕ ਦਿਨ ਇੱਕ ਟਰਾਲੀ ਤੋਂ ਵੱਧ ਜਿਹੜੀ ਆਮ ਬੰਦੇ ਦੇ ਘਰੇ ਉਹਨਾਂ ਦੇ ਵਿੱਚ ਹੈ, ਜਿਹੜੇ ਅੱਧ ਖੇੜੇ ਟੀਂਡੇ ਆ ਨਾ ਫੁੱਟੀਆਂ, ਉਹ ਸੁੰਡੀਆਂ ਦਾ ਭੰਡਾਰ ਹੈ। ਜੇ ਬੰਦਾ ਹਿੰਮਤ ਕਰਕੇ ਮਾੜਾ ਮਾੜਾ ਹਿੱਸਾ ਵੇਖ, ਕੋਈ ਚੰਗੇ ਕੰਮ 'ਚ ਸਾਨੂੰ ਹੈ 20-27 ਤੱਕ ਨਹੀਂ ਆਉਂਦਾ, ਹਲੇ 27 ਤੱਕ ਗੁਲਾਬੀ ਸੁੰਡੀ ਵਾਲਾ ਬੀਜ ਨਹੀਂ ਆਉਂਦਾ, ਉਹਨੂੰ ਸੁੰਡੀ ਪਊਗੀ ਪਊਗੀ। ਵਿਗਿਆਨੀ ਆਪਦੇ ਕੰਮ 'ਤੇ ਲੱਗੇ ਹੋਏ ਹੈ, ਹਲੇ ਘੱਟੋ ਘੱਟ 3 ਸਾਲ ਇਹਨੂੰ ਲੱਗਣਗੇ। ਜੇ ਆਪਾਂ ਆਖ ਦਈਏ ਬੀਜ ਨੂੰ ਪੈ, ਜਿਹੜੀ ਹਰੀ ਸੁੰਡੀ ਸੀ ਅੱਗੇ ਅਮੈਰੀਕਨ, ਉਹ ਨਹੀਂ ਪੈਂਦੀ, ਇੱਟ ਸਿੱਟ ਵਾਲੀ ਸੁੰਡੀ ਨਹੀਂ ਪੈਂਦੀ, ਗੁਲਾਬੀ ਸੁੰਡੀ ਤੋਂ ਨਰਮਾ ਬੀਜੀ ਨਹੀਂ। ਇਹ 3 ਸਾਲ ਵਿਗਿਆਨੀ ਲੱਗਣਗੇ ਹਲੇ, ਇਹ ਤਾਂ ਇਹ ਸਾਨੂੰ ਐਂ ਕੰਮ ਚਲਾਉਣਾ ਪੈਣਾ। ਹਾਂਜੀ, ਜਦੋਂ ਮਲਬੇ ਨੂੰ ਅੱਗ ਲਾਤੀ, ਜਿਹੜੀਆਂ ਛੱਟੀਆਂ ਝਾੜੀਆਂ ਉਹ ਉਹਦੇ ਵਿੱਚ ਹੀ ਆਓ, ਜਿਹੜੇ ਅੱਧ ਖੜੇ ਟੀਂਡੇ ਹੈ, ਅਤੇ ਜਿਹਨੂੰ ਅੱਗ ਲਾਤੀ ਫਿਰ ਰਹੂਗੀ। ਕਿੱਥੇ ਖਿਲਰੀ ਪਈ ਹੈ? ਖੇਤਾਂ 'ਚ ਖਿਲਰੀ ਓਕੇ ਹੈ, ਕੁਛ ਨਹੀਂ ਹੁੰਦਾ। ਪਰ ਐਂ ਗੱਲ ਆ, ਜੇ ਇਹ ਗੱਲ ਹੈ, ਮੈਂ ਬਿਮਾਰ ਅੱਜ ਹੈ, ਮੈਂ ਆਖਿਆ ਜੇ ਮੈਂ ਪਹਿਲਾਂ ਪਾਉਣ ਦਾ ਟੀਕਾ ਲਾਵਾਂ, ਜਿਹੜਾ ਇਲਾਜ ਹੈਗਾ ਓਨਾ ਕਰ ਲਈਏ, ਠੀਕ ਹੈ ਨਾ। ਅਸੀਂ ਕੰਮ ਸ਼ੁਰੂ, ਹਾਂ, ਆਪਾਂ ਜਿੰਨਾ ਸੁਧਾਰ ਹੁੰਦਾ ਓਨਾ ਚੰਗਾ। ਹੁਣ ਜੇ ਤੂੰ ਤਾਂ ਅੱਗ ਲਾਤੀ, ਜਿਹਨੇ ਨਹੀਂ ਲਾਈ ਤਾਂ ਫਿਰ ਆਪਾਂ ਇਹਦੇ ਨਾਲ ਲੜਨਾ ਥੋੜ੍ਹਾ। ਐਂ ਕਰਕੇ ਵੀ ਆਪਾਂ ਲੱਗ ਗਏ, ਇੱਕ ਦੂਜੇ ਨੂੰ ਵੇਖ ਵੇਖ ਸਾਰੇ ਲਾਉਣ ਨੂੰ ਤਿਆਰ ਹੈ, ਸਾਰਿਆਂ ਦਾ ਗੁਜ਼ਾਰਾ ਇਹਦੇ 'ਤੇ ਹੈ। ਨਰਮਾ ਨਾ ਹੋਇਆ,
ਕਿਸਾਨ ਦਾ ਨੁਕਸਾਨ ਹੈ, ਕਿਸਾਨ ਤੋਂ ਵੱਡਾ ਲੇਬਰ ਦਾ ਕਿਸਾਨ ਹੈ। ਨਹੀਂ ਯਾਰ, ਤਿੰਨ ਮਹੀਨੇ ਨੌਵੇਂ ਮਹੀਨੇ ਨਰਮਾ ਚੁੱਕਣ ਲੱਗ ਜਾਂਦੇ ਜੀ, ਨੌਵਾਂ ਦਸਵਾਂ ਗਿਆਰਵੇਂ ਤੱਕ ਚੁੱਕੇ, ਦੋ ਮਹੀਨਾ ਦੋ ਮਹੀਨੇ ਟੀਂਡੇ ਕੱਢੀ ਜਾਂਦੇ। ਹਾਂ ਓਕੇ ਓਕੇ।